ਵਿਰਾਸਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਅਰਸ਼ੀਦੂ ਵੱਲੋਂ ਬਹੁਤ-ਬਹੁਤ ਸਵਾਗਤ ਹੈ ਜੁੜ ਚੁੱਕੇ ਹੋ 프로그램 ਸਤਿ ਸ਼੍ਰੀ ਅਕਾਲ ਨਾਲ ਦੁਨੀਆ ਦੇ ਵਿੱਚ ਜਦੋਂ ਅਸੀਂ ਧਰਮ, ਰਾਜਨੀਤੀ, ਭੂਕਿੱਤੇ ਨੂੰ ਪਾਸੇ ਰੱਖ ਕੇ ਮਨੁੱਖ ਦੀ ਮੁੱਢਲੀ ਵਰਗਵੰਡ ਕਰੀਏ ਤਾਂ ਅਸੀਂ ਇਸ ਨੂੰ ਦੋ ਹੀ ਸਿਆਚ ਵੰਡਦੇ ਹਾਂ ਸ਼ਾਂਤੀ ਪਸੰਦ ਕਿਸੇ ਵੀ ਤਰ੍ਹਾਂ ਦੇ ਜ਼ੁਲਮ ਤੋਂ ਦੂਰ ਦੇ ਮਨੁੱਖ ਦੂਜਾ ਕਿਸੇ ਵੀ ਤਰ੍ਹਾਂ ਦੇ ਸਿੱਧੇ ਆ ਸਿੱਧੇ ਰੂਪ ਚ ਜ਼ੁਲਮ ਦੇ ਨਾਲ ਜੁੜੇ ਮਨੁੱਖ ਤਾ ਅੱਜ ਦਾ ਸਾਡਾ ਵਿਸ਼ਾ ਦੁਨੀਆ 'ਚ ਕੋਈ ਕੋਨਾ ਹੋਵੇ ਉਥੇ ਚੰਗੇ ਤੇ ਜਾਂ ਮਾੜੇ ਲੋਕ ਜ਼ਰੂਰ ਹੁੰਦੇ ਆ। ਇਹ ਗਿਣਤੀ ਵੱਖਰੀ-ਵੱਖਰੀ ਹੋ ਸਕਦੀ ਹੈ। ਇਹ ਗਿਣਤੀ ਕਿੱਥੇ ਕਿੰਨੀ ਹੈ? ਇਹਨੂੰ ਵਰਜਣ ਵਾਸਤੇ ਕਾਨੂੰਨੀ ਪ੍ਰਬੰਧ ਅਨੁਸਾਰ ਜੇਲਾਂ ਕਿੰਨੀਆਂ-ਕਿੰਨੀਆਂ ਨੇ? ਤਾਂ ਆਓ ਗੱਲਬਾਤ ਸ਼ੁਰੂ ਕਰਦੇ ਆਂ। ਹਰ ਰੋਜ਼ ਦੀ तरह ਮੇਰੇ ਨਾਲ ਨੇ ਲਾਪਰੀ ਸੰਧੂ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦਾ آغاز ਕਰਨ ਤੋਂ ਪਹਿਲਾਂ ਇੱਕ ਵਾਰੀ ਸੀ ਮੌਸਮ ਤੇ ਜ਼ਰੂਰਤ ਮਾਰ ਲਈਏ। ਦੇਖੋ ਜੇਕਰ ਗੱਲ ਕਰੀਏ ਪੰਜਾਬ ਦੇ ਮੌਸਮ ਦੀ ਤਾਂ ਆਪਾਂ ਪਿਛਲੇ ਦਿਨੀ ਦੇਖਿਆ ਵੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਨਾਲ ਮੀਂਹ ਹਨੇਰ ਤੇ ਝੱਖੜ ਉਹ ਆ ਰਹੇ ਨੇ ਤਾਂ ਜਿਸ ਹਿਸਾਬ ਦੇ ਨਾਲ ਮੀਂਹ ਚੱਲ ਰਿਹਾ ਜਾਂ ਮੈਂ ਕਹਿੰਦਾ ਵੀ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤਾਂ ਪੰਜਾਬ ਦਾ ਮੈਨੂੰ ਲੱਗਦਾ ਕੋਈ ਵੀ ਸੂਬਾ ਜੇ ਹਨੀ ਹੋਊਗਾ ਜਿੱਥੇ ਇਹ ਜ਼ਿਆਦਾ ਜਾਂ ਘੱਟ ਨਹੀਂ ਪਿਆ ਹੋਊਗਾ ਇਹ ਜਿਹੜੀਆਂ ਹਵਾਵਾਂ ਉਹ ਨਹੀਂ ਚੱਲੀਆਂ ਹੋਣਗੀਆਂ ਤਾਂ ਇਸ ਦੇ ਨਾਲ ਮੈਂ ਕਹਿੰਦਾ ਵੀ ਫਸਲਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਦੇਖੋ ਜਿਹੜੇ ਕਿਸਾਨ ਨੇ ਆਪਣੀ ਫਸਲ ਤੇ ਕਿੰਨੀਆਂ ਉਮੀਦਾਂ ਲਾਈਆਂ ਹੁੰਦੀਆਂ ਨੇ ਜਾਂ ਮੈਂ ਕਹਿਣਾ ਵੀ ਜਿਹੜੇ ਕਿਸਾਨ ਨੂੰ ਇਹ ਹੁੰਦਾ ਵੀ ਜਦੋਂ ਸਾਡੀ ਫਸਲ ਆ ਗਈ ਅਸੀਂ ਕੋਠੀ ਪਾ ਲਾਂਗੇ ਅਸੀਂ ਕਿਸੇ ਦਾ ਵਿਆਹ ਕਰਨਾ ਜਾਂ ਆਪਦੀ ਧੀ ਦਾ ਜਾਂ ਆਪਦੇ ਪੁੱਤ ਦਾ ਜਾਂ ਪੁੱਤ ਨੂੰ ਪੜ੍ਹਨੇ ਪਾਉਣਾ ਜਾਂ ਧੀ ਨੂੰ ਯੂਨੀਵਰਸਿਟੀ ਭੇਜਣਾ ਕਾਫੀ ਈਰਮਾਨ ਸਾਡੇ ਪੰਜਾਬ ਦੇ ਕਿਸਾਨ ਦੇ ਹੁੰਦੇ ਆ ਜਾਂ ਅੱਜ ਦਾ ਜਿਹੜਾ ਦੌਰ ਚੱਲ ਰਿਹਾ ਵੀ ਬਾਹਰ ਭੇਜਣਾ ਉਦੋਂ ਵੀ ਹੁੰਦਾ ਨਾ ਵੀ ਫਸਲ ਆਊਗੀ ਚੰਗੀ ਉਹ 4 ਰੁਪਏ ਇਕੱਠੇ ਹੋਣਗੇ ਤਾਂ ਬਾਹਰ ਭੇਜਾਂਗੇ ਪਰ ਕਹਿ ਲਈਏ ਵੀ ਕੁਦਰਤ ਦਾ ਇਨਸਾਫ ਕੀ ਹੋ ਜਾਏ ਜਾਂ ਇਹ ਕਹਿ ਲਈਏ ਵੀ ਰੱਬ ਜਿੰਨਾ ਵੀ ਆਪਾਂ ਦਿੰਦਾ ਓਨੇ ਚ ਸਬਰ ਕਰਨਾ ਚਾਹੀਦਾ ਤਾਂ ਜਿਸ ਹਿਸਾਬ ਦੇ ਨਾਲ ਮੀਂਹ ਤੇ ਹਨੇਰੀ ਦੇ ਨਾਲ ਫਸਲਾਂ ਲੰਮੀਆਂ ਪਈਆਂ ਨੇ ਉਸ ਦੇ ਨਾਲ ਕਾਫੀ ਜਿਹੜਾ ਨੁਕਸਾਨ ਹੋ ਚੁੱਕਿਆ ਹੈ ਕਿ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਇਆ ਵੀ ਹੈ ਤੇ ਇਸ ਦੇ ਲਈ ਸਾਡੇ ਮਾਨਯੋਗ ਸਰਦਾਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਜਿਹੜੇ ਡੀਸੀਆਂ ਨੂੰ ਵੀ ਹੁਕਮ ਦਿੱਤੇ ਉਹਨਾਂ ਨੇ ਕਿਹਾ ਵੀ ਜਿਹੜੀ ਗਰਦਾਵਰੀ ਆ ਉਹ ਕਰਵਾਈ ਜਾਊਗੀ ਜਿਹੜਾ ਕੰਮ ਹੈ ਪਟਵਾਰੀ ਦੁਆਰਾ ਕੀਤਾ ਜਾਂਦਾ ਬਾਕੀ ਦੇ ਸਕਦੇ ਆ ਵੀ ਜਿਹੜਾ ਹਰੇਕ ਕਿਸਾਨ ਆ ਸਾਡੇ ਪੰਜਾਬ ਦਾ ਜਿਹੜਾ ਅੰਨ ਦਾਤਾ ਆ ਉਹ ਸੁਖੀ ਵਸੇ ਜੀ ਜਿੱਥੇ ਕੋਸ਼ਿਸ਼ਾਂ ਦਾ ਕਾਦੂਚਾ ਹੁੰਦਾ ਓਥੇ ਸਾਡੀ ਨਸੀਬਾਂ ਨੂੰ ਵੀ ਝੁਕਣਾ ਪੈਂਦਾ ਵੀ ਜਦੋਂ ਅਸੀਂ ਕੋਈ ਵੀ ਕੰਮ ਕਰਦੇ ਆ ਪਹਿਲੀ ਵਾਰੀ ਚ ਜਿਹਦਾ ਕੰਮ ਹੋ ਜਾਂਦਾ ਨਾ ਉਹ ਨੂੰ ਬਹੁਤ ਹੀ ਕੰਮ ਜਿਹੜਾ ਆਸਾਨ ਲੱਗਣ ਲੱਗ ਜਾਂਦਾ ਜੀ ਪਰ ਕੀ ਜਦੋਂ ਅਸੀਂ ਉਹੀ ਕੰਮ ਨੂੰ ਵਾਰ-ਵਾਰ ਅਸੀਂ ਉਹਦੇ ਵਾਸਤੇ ਕੋਸ਼ਿਸ਼ਾਂ ਕਰਦੇ ਆ ਚਾਹੇ ਸੀ ਇੱਕ ਵਾਰ ਹਾਰ ਜੰਨੇ ਆ ਤਾਂ ਅਸੀਂ ਉਹਦੇ ਤੇ ਦੁਬਾਰਾ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਜਦੋਂ ਅਸੀਂ ਕੋਸ਼ਿਸ਼ਾਂ ਕਰਦੇ ਆ ਸੀ ਉਹ ਤੋਂ ਬਹੁਤ ਕੁਝ ਸਿੱਖਦੇ ਵੀ ਆ ਤਾਂ ਉਦੋਂ ਕੀ ਹੈ ਜਿਹੜੀ ਸਾਡੀਆਂ ਸਾਡੇ ਨਸੀਬ ਉਹ ਆਪ ਦੀ ਆਪ ਸਾਡੇ ਅੱਗੇ ਝੁਕਦੇ ਆ ਤਾਂ ਉਦੋਂ ਕੀ ਹੈ ਅਸੀਂ ਕਿਤੇ ਨਾ ਕਿਤੇ ਜਿਹੜੀ ਕਾਮਯਾਬੀ ਹਾਸਲ ਕਰ ਲੈਂਦੇ ਆ ਉਹ ਕਹਿੰਦੇ ਹੁੰਦੇ ਆ ਨਾ ਵੀ ਸਬਰ ਦਾ ਫਲ ਮਿੱਠਾ ਹੁੰਦਾ ਜਿੰਨਾ ਅਸੀਂ ਸਬਰ ਕਰਦੇ ਆ ਓਨੀ ਕੀ ਹੈ ਜਿਹੜੀ ਸਾਨੂੰ ਕਾਮਯਾਬੀ ਉਹ ਵੱਡੀ ਮਿਲਦੀ ਹੈ ਦੇਖੋ ਅਰ ਜਿਵੇਂ ਤੁਸੀਂ ਕਿਹਾ ਵੀ ਕੋਸ਼ਿਸ਼ ਕਰਨ ਵਾਲੇ ਦੀ ਆਪਾਂ ਕਹਿ ਵੀਦੇ ਨੇ ਵੀ ਕਦੀ ਹਾਰ ਨਹੀਂ ਹੁੰਦੀ ਜਿਹੜਾ ਬੰਦਾ ਮਿਹਨਤ ਕਰਦਾ ਰਹਿੰਦਾ ਉਹਦੀ ਹਮੇਸ਼ਾ ਜਿੱਤ ਹੁੰਦੀ ਹੈ ਜੀ ਤੇ ਉਹਦੇ ਜਿਹੜੇ ਹਰੇਕ ਖੁਆਬ ਆ ਉਹ ਵੀ ਪੂਰੇ ਹੁੰਦੇ ਹਨ ਪਰ ਇਹ ਤਾਂ ਆਪਣੇ ਤੇ ਨਿਰਭਰ ਕਰਦਾ ਆਮ ਇਨਸਾਨ ਤੇ ਨਿਰਭਰ ਕਰਦਾ ਵੀ ਉਹ ਕਿੰਨੇ ਕੁ ਕੋਸ਼ਿਸ਼ ਤੇ ਕਿੰਨੀ ਕੁ ਮਿਹਨਤ ਕਰ ਸਕਦਾ ਸਮਰੱਥਾ ਦੇ ਅਨੁਸਾਰ ਆ ਜੀ ਕਿੰਨੀ ਸਮਰੱਥਾ ਕੀਦੀ ਹੈ ਕਿੰਨਾ ਕੁ ਕੋਈ ਕਹਿ ਸਕਦੇ ਆ ਵੀ ਸੰਕਟ ਦੇ ਵਿੱਚੋਂ ਲੰਘ ਸਕਦਾ ਕਈ ਵਾਰੀ ਤਾਂ ਇਹ ਹੁੰਦਾ ਨਾ ਵੀ ਬੰਦਿਆਂ ਦੇ ਮਾਜ ਨੇ ਛੋਟੇ ਹੁੰਦੇ ਆ ਛੋਟਾ ਜਿਹਾ ਸੰਕਟ ਆ ਜੀ ਘਬਰਾ ਜਾਂਦੇ ਆ ਜਾਂ ਕਾਲੇ ਪੈ ਜਾਂਦੇ ਆ ਵੀ ਯਾਰ ਸਾਡੇ ਤੋਂ ਤਾਂ ਇਹ ਔਖਾ ਵੇਲਾ ਲੰਘਾਇਆ ਨਹੀਂ ਜਾਣਾ ਜਾਂ ਵੀ ਮੇਰੇ ਤੋਂ ਤਾਂ ਐਡਾ ਔਖਾ ਕੰਮ ਕੀਤਾ ਹੀ ਨਹੀਂ ਜਾਣਾ ਮੈਂ ਤਾਂ ਕਦੀ ਕੀਤਾ ਹੀ ਨਹੀਂ ਤਾਂ ਉਦੋਂ ਫਿਰ ਕਹਿ ਲੀਏ ਵੀ ਜਿਹੜੇ ਆਪਣੇ ਮੈਂ ਜਿਵੇਂ ਵੀ ਗੱ ਨੇ ਨਸੀਬ ਨਹੀਂ ਫਿਰ ਉਹ ਤੋਂ ਬਦਲਦੇ ਨਹੀਂ ਬਦਲਦੇ ਨਸੀਬ ਕਦੋਂ ਆ ਨਸੀਬ ਤਾਂ ਉਹ ਤੋਂ ਬਦਲਦੇ ਹੈ ਨਾ ਵੀ ਜਦੋਂ ਤੁਸੀਂ ਮਿਹਨਤ ਕੀਤੀ ਹੈ ਤੁਸੀਂ ਆ ਦੀਆਂ ਜਿਹੜੀਆਂ ਕੋਸ਼ਿਸ਼ਾਂ ਦਾ ਕਦ ਦਾ ਉਹ ਆਪਦੀ ਜਿਹੜੇ ਆਪਾਂ ਕਹ ਲਈਏ ਮੇਰੇ ਨਸੀਬਾ ਤੋਂ ਉੱਚਾ ਰੱਖਿਆ ਕਿਉਂਕਿ ਜਦੋਂ ਤੁਹਾਡਾ ਕਦ ਕੋਸ਼ਿਸ਼ਾਂ ਦਾ ਬਹੁਤ ਉੱਚਾ ਹੋਊਗਾ ਤੁਹਾਡੀ ਮਿਹਨਤ ਬਹੁਤ ਜ਼ਿਆਦਾ ਹੋਊਗੀ ਉਦੋਂ ਨਸੀਬ ਆਪਣੇ ਆਪ ਝੁਕਣਗੇ ਉਦੋਂ ਨਸੀਬਾਂ ਨੂੰ ਆਪੇ ਆਪ ਮੰਨਣਾ ਪਊਗਾ ਨਾ ਵੀ ਤੁਸੀਂ ਮਿਹਨਤ ਕਰਦੇ ਹੋ ਤੁਹਾਡੀ ਮਿਹਨਤ ਦੇ ਵਿੱਚ ਦਮ ਹੈਗਾ ਕਿਉਂਕਿ ਇਹ ਤਾਂ ਗੱਲ ਸਹੀ ਹੈ ਜੀ ਜਦੋਂ ਤੱਕ ਤੁਹਾਡੇ ਆਪਾਂ ਕੋਈ ਵੀ ਵਿਅਕਤੀ ਦੀ ਗੱਲ ਕਰਦੇ ਹਨ ਉਹ ਕਹਿੰਦੇ ਤਾਂ ਹੁੰਦੇ ਵੀ ਜਿੰਨਾ ਚਿਰ ਤੇਰੇ ਅੰਗ ਪੈ ਤੇ ਉਨਾ ਚਿਰ ਜੂ ਮਿਹਨਤ ਕਰਦਾ ਰਹੇ ਕਿਉਂਕਿ ਆਪਾਂ ਨੂੰ ਜੇਕਰ ਰੱਬ ਦੀ ਗੱਲ ਕਰੀਏ ਤਾਂ ਸਭ ਕੁਝ ਦਿੱਤਾ ਹੈ ਇਨਸਾਨ ਕੋਲ ਹੀ ਇੱਕ ਅਜੀਬਾ ਇਨਸਾਨ ਹੈ ਜਾਂ ਮੈਂ ਕਹਾਂ ਲਾ ਵੀ ਮਨੁੱਖ ਜਿਹੜਾ ਤਰ ਧਰਤੀ ਦੇ ਉੱਤੇ ਇਹ ਜਿਹੇ ਆ ਇਨਸਾਨ ਆ ਵੀ ਜਿਹਦੇ ਕੋਲੇ ਸਾਰਾ ਕੁਝ ਹੈਗਾ ਉਹ ਮਿਹਨਤ ਕਰ ਸਕਦਾ ਉਹਦੇ ਕੋਲੇ ਅੰਗ ਆ ਉਹਦੇ ਕੋਲੇ ਪੈਰ ਆ ਉਹਦੇ ਕੋਲੇ ਸਮਝ ਆ ਉਹਦੇ ਕੋਲੇ ਦਿਮਾਗ ਆ ਸਭ ਤੋਂ ਤੇਜ਼ ਦਿਮਾਗ ਹੈ ਤੇ ਜੇਕਰ ਕੋਸ਼ਿਸ਼ ਆ ਕਰਦਾ ਰਵੇ ਤਾਂ ਸਭ ਕੁਝ ਹੋ ਸਕਦਾ ਹਰੇਕ ਚੀਜ਼ ਆਪਾਂ ਇਹ ਨਹੀਂ ਨਾ ਕਹਿ ਸਕਦੇ ਵੀ ਔਖੀ ਆ ਉਹ ਕਹਿੰਦੇ ਨਹੀਂ ਹੁੰਦੇ ਕੋਸ਼ਿਸ਼ ਕਰ ਹਰੇਕ ਚੀਜ਼ ਤੇਰੇ ਮੂਰੇ ਸੌਖੀ ਆ ਤੇ ਜੇ ਤੂੰ ਕੋਸ਼ਿਸ਼ ਨਹੀਂ ਕਰਨੀ ਤੇਰੇ ਮੂਰੇ ਛੋਟੀ ਜਿਹੀ ਚੀਜ਼ ਵੀ ਬਹੁਤ ਔਖੀ ਆ ਆਪਾਂ ਨੂੰ ਹਮੇਸ਼ਾ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ ਕੋਸ਼ਿਸ਼ਾਂ ਦਾ ਕਦ ਨਹੀਂ ਛੋਟਾ ਰੱਖਣਾ ਚਾਹੀਦਾ ਤੇ ਜੇਕਰ ਆਪਾਂ ਇਸੇ ਤਰ੍ਹਾਂ ਮਿਹਨਤਾਂ ਕਰਦੇ ਮੰਜ਼ਿਲ ਤੇ ਜਰੂਰ ਪਹੁੰਚਾਂਗੇ ਜਿਹੜੀ ਕਦੀ ਆਪਾਂ ਸੋਚੀ ਵੀ ਨਹੀਂ ਹੁੰਦੀ ਕਿਉਂਕਿ ਜਦੋਂ ਬੰਦਾ ਮਿਹਨਤ ਕਰਦਾ ਨਾ ਉਦੋਂ ਬੰਦਾ ਉੱਥੇ ਵੀ ਪਹੁੰਚ ਜਾਂਦਾ ਜਿੱਥੇ ਉਹਨੇ ਕਦੀ ਸੋਚਿਆ ਨਹੀਂ ਹੁੰਦਾ ਉਦੋਂ ਫਿਰ ਉਹਨੂੰ ਐ ਲੱਗਣ ਲੱਗ ਜਾਂਦਾ ਵੀ ਯਾਰ ਮੈਂ ਤਾਂ ਇੱਥੇ ਸੋਚਿਆ ਨਹੀਂ ਸੀ ਪਰ ਮੈਂ ਇੱਥੇ ਪਹੁੰਚ ਗਿਆ ਪਹੁੰਚਿਆ ਕਿਉਂ ਕਿਉਂਕਿ ਉਹਦਾ ਕਦ ਸੀ ਉਹਦੀਆਂ ਕੋਸ਼ਿਸ਼ਾਂ ਬਹੁਤ ਵੱਡੀਆਂ ਸੀ ਉਹਨੇ ਮਿਹਨਤ ਬਹੁਤ ਵੱਡੀ ਕੀਤੀ ਸੀ ਦਿਨ ਰਾਤ ਜਾਗਿਆ ਸੀ ਆਪਾਂ ਜੇਕਰ ਛੋਟੀ ਜੀ ਉਦਾਹਰਣ ਲੈ ਲਈਏ ਕੋਈ ਵੀ ਵਿਅਕਤੀ ਹੈ ਜੇਕਰ ਉਹ ਸੋਚੇ ਵੀ ਮੈਂ ਜੇਕਰ ਆਈਪੀਐਸ ਦੇ ਪੇਪਰ ਦੀ ਤਿਆਰੀ ਕਰੀਏ ਆਪਾਂ ਆਈਪੀਐਸ ਦੇ ਪੇਪਰ ਦੀ ਤਿਆਰੀ ਕਰਦੇ ਹਾਂ ਤੇ ਉਹਦੇ ਵਿੱਚ ਜੇਕਰ ਉਹ ਕਦੇ ਮੇਰੇ ਤੋਂ ਕਲੀਅਰ ਨਹੀਂ ਹੁੰ ਤਾਂ ਕਿਵੇਂ ਹੋ ਸਕਦਾ ਵੀ ਜਿਹੜਾ ਉਹ ਵਿਅਕਤੀ ਪੜ ਰਿਹਾ ਉਹਦੀ ਕੋਸ਼ਿਸ਼ ਨਾਕਾਮ ਰਹੂਗੀ ਪਹਿਲੀ ਵਾਰ ਨਹੀਂ ਦੂਜੀ ਵਾਰ ਨਹੀਂ ਤੀਜੀ ਵਾਰੀ ਕਲੀਅਰ ਕਰੂਗਾ ਉਹ ਜ਼ਰੂਰ ਬਣੂਗਾ ਪਰ ਜਿਹੜਾ ਵਿਅਕਤੀ ਇਹੀ ਸੋਚ ਕੇ ਜਾਂ ਮੈਂ ਇਕੱਲਾ ਵੀ ਉਹ ਵਿਅਕਤੀ ਨੇ ਸੋਚ ਹੀ ਲਿਆ ਵੀ ਮੇਰੇ ਤੋਂ ਤਾਂ ਹੋਣਾ ਨਹੀਂ ਬਹੁਤ ਔਖਾ ਫਿਰ ਉਹ ਕਿਵੇਂ ਕਾਮਯਾਬ ਹੋ ਸਕਦਾ ਉਹਦੀ ਨੀਤ ਹੀ ਨਹੀਂ ਸਾਫ਼ ਜਦੋਂ ਉਹਦੀ ਮਿਹਨਤ ਕਰਨ ਦੀ ਨੀਤ ਹੀ ਨਹੀਂ ਤੇ ਫਿਰ ਉਹ ਕਿਵੇਂ ਕਾਮਯਾਬ ਹੋ ਸਕਦਾ ਸਭ ਤੋਂ ਪਹਿਲਾਂ ਸਾਨੂੰ ਕੋਸ਼ਿਸ਼ਾਂ ਆਪਦੀਆਂ ਵੱਡੀਆਂ ਕਰੋ ਤੇ ਜਿਹੜੀ ਕਾਮਯਾਬੀ ਆ ਤੁਹਾਡੇ ਪੈਰ ਜ਼ਰੂਰ ਚੁੰਮੂਗੀ ਤੇ ਜੇਕਰ ਮੈਂ ਇਸ ਤੋਂ ਅਗਲੇ ਵਿਚਾਰ ਦੀ ਗੱਲ ਕਰਾਂ ਨੀਤ ਸਾਫ਼ ਰਖੂ ਨਸੀਬ ਆਪਣੇ ਆਪ ਬਦਲ ਜਾਣਗੇ ਜਿਵੇਂ ਮੈਂ ਤੁਹਾਨੂੰ ਕਿਹਾ ਹੀ ਹੈ ਵੀ ਜਿਹੜੇ ਵਿਅਕਤੀ ਦੀ ਨੀਤ ਸਾਫ਼ ਹੈ ਦੇਖੋ ਅਰਜੀ ਗੱਲਾਂ ਦੋ ਨੇ ਨਸੀਬ ਕਿਵੇਂ ਬਦਲਦੇ ਨੇ ਬਟ ਪਹਿਲੀ ਗੱਲ ਤਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਵੀ ਕੋਸ਼ਿਸ਼ਾਂ ਕਰਨੀਆਂ ਕੋਸ਼ਿਸ਼ਾਂ ਦਾ ਕਦਮ ਵੱਡਾ ਰੱਖਣਾ ਤੇ ਦੂਜੀ ਗੱਲ ਨੀਤ ਸਾਫ਼ ਰੱਖਣਾ ਜਦੋਂ ਸਾਡੀ ਨੀਤ ਸਾਫ਼ ਹਨ ਸਾਡਾ ਮਨ ਸੱਚਾ ਸਾਡੇ ਮਨ ਦੇ ਵਿੱਚ ਕਿਸੇ ਪ੍ਰਤੀ ਕੋਈ ਵੀ ਈਰਖਾ ਨਹੀਂ ਤੇ ਨਫ਼ਰਤ ਨਹੀਂ ਤੇ ਰੱਬ ਹਮਨ ਵੇਂਦਾ ਫਿਰ ਆਪ ਆਪਾਂ ਨੂੰ ਕਹਿੰਦਾ ਵੀ ਜੇਕਰ ਤੂੰ ਕਿਸੇ ਦਾ ਚੰਗਾ ਕਰਦਾ ਮੈਂ ਤੇਰਾ ਵੀ ਚੰਗਾ ਕਰੂੰਗਾ ਉਹ ਕਹਿੰਦੇ ਹੁੰਦੇ ਆ ਜਦੋਂ ਤੂੰ ਕਿਸੇ ਦਾ ਚੰਗਾ ਕਰਨ ਘਰੋਂ ਨਿਕਲਦਾ ਨਾ ਤੇ ਰੱਬ ਪਹਿਲਾਂ ਸਾ ਤੇਰਾ ਸੋਚਦਾ ਵੀ ਤੇਰਾ ਚੰਗਾ ਕੀ ਕਰਨਾ ਉਹਨੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਜੇ ਆਪਾਂ ਕਿਸੇ ਦਾ ਚੰਗਾ ਕਰਦੇ ਆਪਾਂ ਚੰਗਣਾ ਹੋਊਗਾ ਆਪਣਾ ਚੰਗਾ ਜ਼ਰੂਰ ਹੋਊਗਾ ਹਾਂ ਇਹ ਥੋੜਾ ਸਮਾਂ ਲੱਗ ਸਕਦਾ ਕਿਉਂਕਿ ਆਪਾਂ ਨੂੰ ਵੀ ਪਤਾ ਮਿਹਨਤ ਦਾ ਫਲ ਮਿੱਠਾ ਹੁੰਦਾ ਪਰ ਮਿਲਦਾ ਥੋੜੀ ਧੀਰ ਨਾਲ ਹੀ ਹੈ ਉਮੀ ਹੈ ਜੇ ਨੀਤ ਕਿ ਤੋ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੀ ਸਫਲਤਾ ਦਾ ਕਾਰਨ ਬਣੂਗਾ ਕਿਉਂਕਿ ਜਦੋਂ ਤੁਸੀਂ ਮੰਜ਼ਲਾਂ ਦੇ ਵੱਲ ਜਾ ਰਹੇ ਹੋ ਨਾ ਤੁਹਾਨੂੰ ਸਫਲਤਾ ਚਾਹੀਦੀ ਹੁੰਦੀ ਆ ਤੇ ਉਹਦਾ ਕਾਰਨ ਤੁਹਾਡੀ ਨੀਤ ਤੇ ਤੁਹਾਡੀਆਂ ਕੋਸ਼ਿਸ਼ਾਂ ਬਣਗੇ ਦੋ ਹੀ ਕਾਰਨ ਬਣ ਸਕਦੇ ਆ ਨਾ ਜਾਂ ਤਾਂ ਸਾਡੀ ਕੋਸ਼ਿਸ਼ ਤੇ ਜਾਂ ਸਾਡੇ ਇਰਾਦੇ ਤੇ ਸਾਡੇ ਨੇਕ ਇਰਾਦੇ ਨਹੀਂ ਸਾਡੀ ਜਿਹੜੀ ਮੈਂ ਕਿਹਾ ਵੀ ਇਮਾਨਦਾਰੀ ਹੈ ਸਾਡੇ ਦੇ ਵਿੱਚ ਉਹ ਸਾਡੇ ਲਈ ਜ਼ਰੂਰ ਕਿਤੇ ਨਾ ਕਿਤੇ ਇੱਕ ਗੱਲ ਹੋਰ ਵੀ ਹੈ ਨਾ ਆਪਾਂ ਕਹਿ ਦਿੰਦੇ ਆਂ ਵੀ ਆਹ ਚੀਜ਼ ਸਾਡੇ ਕੰਮ ਨਹੀਂ ਆਉਂਦੀ ਉਹ ਕਹਿੰਦੇ ਹੁੰਦੀ ਆ ਵੀ ਕਈ ਵੀ ਚੀਜ਼ ਚਾਹੇ ਉਹ ਇਮਾਨਦਾਰੀ ਹੈ ਚਾਹੇ ਉਹ ਬੇਈਮਾਨੀ ਹੈ ਸਾਡੇ ਕੰਮ ਆਉਂਦੀ ਹੈ ਬੇਈਮਾਨੀ ਸਾਡੇ ਮਾੜੇ ਵੇਲੇ ਕੰਮ ਆਜੂ ਇਮਾਨਦਾਰੀ ਸਾਡੇ ਚੰਗੇ ਵੇਲੇ ਕੰਮ ਆਊਗੀ ਜੇ ਸਾਡੀ ਨੀਤ ਸਾਫ਼ ਆ ਅਸੀਂ ਚੰਗਾ ਕਿਸੇ ਬਾਰੇ ਸੋਚਦੇ ਆਂ ਅਸੀਂ ਸੋਚਦੇ ਉਹ ਵਿਅਕਤੀ ਇੱਥੇ ਪਹੁੰਚਦਾ ਅਸੀਂ ਵੀ ਉਹਦੇ ਬਰਾਬਰ ਜਾਵਾਂਗੇ ਤੇ ਜਦੋਂ ਸਾਡੀ ਨੀਤ ਆਪਦੀ ਮਾੜੀ ਹੈ ਵੀ ਜੇਕਰ ਅਸੀਂ ਥੱਲੇ ਆ ਤੇ ਉਹ ਵੀ ਥੱਲੇ ਰਹਿਣ ਤੇ ਫਿਰ ਆਪਾਂ ਕਿਵੇਂ ਉੱਚੇ ਉੱਠਾਂਗੇ ਉਹ ਤਾਂ ਜਾਣੀ ਜਾਣਗੇ ਨੀਤ ਸਾਫ਼ ਰੱਖੋ ਕੋਸ਼ਿ ਲਪਰੀ ਦੁਨੀਆ ਦੇ ਵਿੱਚ ਨਾ ਜੁਰਮ ਹੈ ਜਿਹੜਾ ਉਹ ਲਗਾਤਾਰ ਬਹੁਤ ਹੀ ਜ਼ਿਆਦਾ ਵਧ ਰਿਹਾ ਹੈ ਅਸੀਂ ਦੇਖ ਰਿਹਾ ਵੀ ਜਿਹੜੀ ਜੇਲ੍ਹਾਂ ਦੀ ਗਿਣਤੀ ਜੇਲ੍ਹਾਂ ਦੇ ਵਿੱਚ ਜਿਹੜੇ ਬੰਦੀ ਹੈਗੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਰਹੀ ਹੈ ਤੇ ਇਹਦੇ ਨਾਲ ਅੱਜ ਅਸੀਂ ਇੱਕ ਰਿਪੋਰਟ ਵੀ ਲੈ ਕੇ ਹਾਜ਼ਰ ਹੋਏ ਹਾਂ ਤਾਂ ਉਹਦੇ ਬਾਰੇ ਜ਼ਰੂਰ ਸਾਂਝੀ ਕਰਿਓ ਦੇਖੋ ਅਰਜੀ ਜਿਵੇਂ ਤੁਸੀਂ ਗੱਲ ਕੀਤਾ ਜੇਲ੍ਹਾਂ ਦੀ ਤੇ ਜੇ ਜਾਂ ਮੈਂ ਗੱਲ ਕਰ ਲਾ ਜਿਹੜਾ ਕ੍ਰਾਈਮ ਰੇਟ ਆ ਕੰਟਰੀਆਂ ਦੇ ਵਿੱਚ ਕਿੰਨਾ-ਕਿੰਨਾ ਜੀ ਦੇਖੋ ਜਿਸ ਹਿਸਾਬ ਦੇ ਨਾਲ ਅੱਜ ਜਿਹੜੇ ਯੋਗ ਦੇ ਵਿੱਚ ਅਸੀਂ ਬੈਠੇ ਹਾਂ ਉਥੇ ਕਿੰਨਾ ਕਿਤੇ ਚੰਗਾ ਪੱਖ ਤੇ ਮਾੜਾ ਪੱਖ ਜ਼ਰੂਰ ਹੈ ਤੇ ਇੱਕ ਕੰਟਰੀ ਦੀ ਜੇਕਰ ਸਭ ਤੋਂ ਪਹਿਲਾਂ ਮੈਂ ਗੱਲ ਕਰ ਲਾਂ ਜਿੱਥੇ ਸਾਰਿਆਂ ਨਾਲੋਂ ਵੱਧ ਜੇਲਾ ਨੇ ਉਹ ਹੈਗਾ ਜੀ ਯੂ ਐਸ ਏ ਯੂਐਸਏ ਦੇ ਵਿੱਚ 142 ਕੰਟਰੀਆਂ ਜੇ ਮੈਂ ਕਹਾਂ ਲਾ ਵੀ 142 ਦੇਸ਼ ਨੇ ਜਿਹੜੇ ਉਹਨਾਂ ਦੇ ਵਿੱਚ ਪਹਿਲੇ ਨੰਬਰ ਤੇ ਆਉਂਦਾ ਜਿੱਥੇ ਸਾਰਨੋਂ ਵੱਧ ਜਿਹੜੀਆਂ ਜੇਲਾਂ ਉਹ ਬਣੀਆਂ ਹੋਈਆਂ ਨੇ ਜੀ ਜੇ ਇਹਦੇ ਨਾਲ ਹੀ ਗੱਲ ਕਰੀਏ ਤਾਂ ਜਿੱਥੇ ਜੇਲ੍ਹ ਹੈ ਹੀ ਨਹੀਂ ਉਹ ਹੈਗੀ ਇਹ ਕੰਟਰੀ ਨੀਦਰਲੈਂਡ ਸਾਨੂੰ ਇੱਥੇ ਜਾਣਨ ਦੀ ਇਹ ਲੋੜ ਹੈ ਵੀ ਨੀਦਰਲੈਂਡ ਦੇ ਵਿੱਚ ਜਿਹੜੀ ਜੇਲ੍ਹ ਉਹ ਹੈ ਹੀ ਨਹੀਂ ਕਿ ਉੱਥੇ ਜੁਰਮੀ ਹੈ ਨਹੀਂ ਜਾਂ ਲੋਕ ਜਿਹੜਾ ਜੁਰਮ ਕਰਦੇ ਨਹੀਂ ਦੇਖੋ ਜਿਵੇਂ ਤੁਸੀਂ ਨੀਦਰਲੈਂਡ ਦੀ ਗੱਲ ਕੀਤੀ ਤਾਂ ਸਾਨੂੰ ਉਹ ਤੋਂ ਸਿੱਖਣਾ ਚਾਹੀਦਾ ਵੀ ਉੱਥੇ ਪ੍ਰਸ਼ਾਸਨ ਕਿਵੇਂ ਕੰਮ ਕਰਦਾ ਹੈ ਉੱਥੋਂ ਦੀਆਂ ਸਰਕਾਰਾਂ ਕਿਵੇਂ ਕੰਮ ਕਰਦੀਆਂ ਨੇ ਕਿਉਂ ਉੱਥੇ ਜੇਲਾ ਹੈ ਨਹੀਂ ਕਿਉਂ ਉੱਥੇ ਕ੍ਰਾਈਮ ਰੇਟ ਬਹੁਤ ਘੱਟ ਆ ਜਾਂ ਮੈਂ ਕਿਹਾ ਵੀ ਨਾ ਦੇ ਬਰਾਬਰ ਆ ਇਹ ਚੀਜ਼ਾਂ ਸੋਚਣ ਦੀ ਲੋੜ ਆ ਤੇ ਜੇਕਰ ਮੈਂ ਇੱਕ ਛੋਟੇ ਜਿਹੇ ਡਾਟੇ ਤੁਹਾਡੇ ਨਾਲ ਸਾਂਝੇ ਕਰਾਂ ਵੀ ਕਿਹੜੇ ਦੇਸ਼ ਦੇ ਵਿੱਚ ਕਿੰਨੀ ਕ੍ਰਾਈਮ ਰੇਟ ਆ ਉਹ ਹੈਗੀ ਆ ਜੀ ਵੈਨੇਜ਼ੂਏਲਾ ਦੇ ਵਿੱਚ 82.6% ਜਿਹੜੀ ਕ੍ਰਾਈਮ ਰੇਟ ਆ ਇਹ ਸਭ ਤੋਂ ਟੌਪ 1 ਤੇ ਕੰਟਰੀ ਹੈ ਜੀ ਜਿਹਦੇ ਵਿੱਚ ਸਾਰਨੋਂ ਵੱਧ ਕ੍ਰਾਈਮ ਰੇਟ ਆ ਤੇ ਜੇਕਰ ਮੈਂ ਤੀਜੇ ਨੰਬਰ ਤੇ ਨੇ ਕਹਿ ਦੇਵਾ ਸਾਡੇ ਦਰਸ਼ਕਾਂ ਨੂੰ ਵੀ ਅਸੀਂ ਉਹ ਕੰਟਰੀਆਂ ਦਾ ਨਾਮ ਲਵਾਂਗੇ ਜਿਹੜੀਆਂ ਕੰਟਰੀਆਂ ਜਾਂ ਤਾਂ ਆਪਣੇ ਮੈਂ ਕਹੇਲਾਂ ਵੀ ਮਸ਼ਹੂਰ ਨੇ ਜਾਂ ਇਹ ਕਹੇਲਾਂ ਵੀ ਜਿਹੜੀਆਂ ਕੰਟਰੀਆਂ ਦੇ ਵਿੱਚ ਸਾਡੇ ਪੰਜਾਬੀ ਵਿਅਕਤੀ ਵਸਦੇ ਨੇ ਤਾਂ ਜਿਹੜੀਆਂ ਕੰਟਰੀਆਂ ਅਸੀਂ ਪ੍ਰੈਫਰੈਂਸ ਦੇ ਵਿੱਚ ਰੱਖਦੇ ਆ ਤਾਂ ਉਹਦੇ ਵਿੱਚ ਪਹਿਲੇ ਨੰਬਰ ਤੇ ਵੈਨੇਜ਼ੂਏਲਾ ਜੀ ਦੂਜੇ ਨੰਬਰ ਤੇ ਜਿਹੜੀ ਕੰਟਰੀ ਆ ਜੀ ਉਹ ਤਾਂ ਦੂਜੇ ਨੰਬਰ ਤੇ ਆ ਪਰ ਉਹ ਜਿਹੜੀ ਕੰਟਰੀ ਕ੍ਰਾਈਮ ਰੇਟ ਦੇ ਵਿੱਚ ਦੇ ਤੀਜੇ ਨੰਬਰ ਤੇ ਉਹ ਹੈਗੀ ਜੀ ਅਫਗਾਨਿਸਤਾਨ ਜਿਹਦੇ ਵਿੱਚ 78.6% ਮੈਂ ਕਿਹਾ ਵੀ ਕ੍ਰਾਈਮ ਰੇਟ ਹੈ ਜੀ ਦੇਖੋ ਅਰ ਜੀ ਵੈਨੇਜ਼ੂਏਲਾ ਤੇ ਮੈਂ ਗੱਲ ਨਾ ਕਰਾਂ ਜੀ ਤੇ ਜੇ ਕਰ ਕਹ ਲਗਾ ਮੈਂ ਅਫਗਾਨਿਸਤਾਨ ਦੀ ਇੱਕ ਗੱਲ ਤਾਂ ਸਮਝ ਆਉਂਦੀ ਹੈ ਵੀ ਜਿਸ ਹਿਸਾਬ ਦੇ ਨਾਲ ਅਫਗਾਨਿਸਤਾਨ ਦੇ ਉੱਪਰ ਪਿਛਲੇ ਦੋ ਦਹਾਕੇ ਕਹਿਣਾ ਜਾਂ ਮੈਂ 20 ਸਾਲ ਖੇਲਾ 20 ਸਾਲ ਦੇ ਵਿੱਚ ਜਿਸ ਤਰ੍ਹਾਂ ਦੀ ਉਸ ਦੇ ਉੱਤੇ ਮਾਰ ਪਈ ਆ ਜਾਂ ਮੈਂ ਕਹਿਣਾ ਵੀ ਉਹ ਜਿਹੜਾ ਡਿਸਟਰਬਰੀਆ ਕੰਟਰੀ ਫਿਰ ਚਾਹੀਓ ਅਮਰੀਕਾ ਕਰਕੇ ਰਹੀ ਹੋਵੇ ਫਿਰ ਚਾਹੀਓ ਰੂਸ ਕਰਕੇ ਰਹੀ ਹੋਵੇ ਜਾਂ ਫਿਰ ਮੈਂ ਉਸ ਤੋਂ ਬਾਅਦ ਜਿਵੇਂ ਸਮਾਂ ਆਇਆ ਜਿਹੜਾ ਤਾਲੀਬਾਨ ਦਾ ਸਮਾਂ ਆਇਆ ਉਹਦਾ ਪ੍ਰਸ਼ਾਸਨ ਆਇਆ ਉਦੋਂ ਦੀ ਗੱਲ ਕਰ ਲਾ ਤਾਂ ਉਹਦੇ ਹਿਸਾਬ ਦੇ ਨਾਲ ਕਿਤੇ ਨਾ ਕਿਤੇ ਇਹ ਗੱਲ ਤਾਂ ਸਮਝ ਆਉਂਦੀ ਹੈ ਵੀ ਇੱਥੇ ਕ੍ਰਾਈਮ ਰੇਟ 78.6 ਹੋਣ ਦਾ ਕੀ ਦਾਵਾ ਹੋ ਸਕਦਾ ਕੀ ਇਹਦੇ ਨਤੀਜੇ ਆ ਕਿਉਂ ਇਹ ਕਿੰਨਾ ਕ੍ਰਾਈਮ ਤੇ ਜੇਕਰ ਇਸ ਤੋਂ ਆਪਾਂ ਅੱਗੇ ਚੱਲੀਏ ਤਾਂ 74ਵੇਂ ਨੰਬਰ ਤੇ ਸਾਡੀ ਉਹ ਕੰਟਰੀ ਆਉਂਦੀ ਹੈ ਜਿੱਥੇ ਪੰਜਾਬੀਆਂ ਦੀ ਜਿੰਨੇ ਨੰਬਰ ਤੇ ਪ੍ਰੈਫਰੈਂਸ ਹੁੰਦੀ ਆ ਬਈ ਅਸੀਂ ਆਹ ਕੰਟਰੀ ਜਾਣਾ ਜੇ ਅਸੀਂ ਕੈਨੇਡਾ ਜਾਂ ਆਸਟ੍ਰੇਲੀਆ ਨਾ ਜਾ ਸਕੀ ਉਹ ਕੰਟਰੀ ਹੈਗੀ ਜੀ ਨਿਊਜ਼ੀਲੈਂਡ ਜਿੱਥੇ ਕ੍ਰਾਈਮ ਰੇਟ ਹੈਗਾ 45.8 ਤੇ ਇਹ 75ਵੇਂ ਨੰਬਰ ਤੇ 142 ਕੰਟਰੀਆਂ ਦੇ ਵਿੱਚੋਂ ਕ੍ਰਾਈਮ ਰੇਟ ਦੇ ਵਿੱਚ ਜੀ ਤੇ ਜੇਕਰ ਮੈਂ ਇਸ ਤੋਂ ਅਗਲੀ ਕੰਟਰੀ ਦੀ ਗੱਲ ਕਰਾਂ ਤਾਂ 76ਵੇਂ ਨੰਬਰ ਤੇ ਸਾਡੀ ਉਹ ਕੰਟਰੀ ਜਿੱਥੇ ਸਾਡੀ ਪ੍ਰੈਫਰੈਂਸ ਰਹਿੰਦੀ ਆ ਜਿਵੇਂ ਮੈਂ ਕਹੇ ਲਾ ਵੀ ਜਿੱਥੇ ਸਾਡੇ ਬਹੁਤ ਜ਼ਿਆਦਾ ਪੰਜਾਬੀ ਵਸਦੇ ਨੇ ਉਹ ਹੈਗੀ ਜੀ ਆਸਟ੍ਰ ਕ੍ਰਾਈਮ ਰੇਟ ਦੇਖੋ ਜਿ세 ਹਿਸਾਬ ਦੇ ਨਾਲ ਆਪਾਂ ਇੱਕ ਕ੍ਰਾਈਮ ਰੇਟ ਦੇਖ ਰਹੇ ਹਾਂ ਖਾਰਨ ਨੂੰ ਵੱਧ ਉਦੋਂ ਘਟੋ ਉਦੋਂ ਘਟ ਜਿਵੇਂ ਇਹ ਕੰਟਰੀਆਂ ਦੇ ਵਿੱਚ ਆਪਾਂ ਦੇਖਿਆ ਨਿਊਜ਼ੀਲੈਂਡ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ ਤਾਂ ਕਿਤੇ ਨਾ ਕਿਤੇ ਲੱਗਦਾ ਵੀ ਕ੍ਰਾਈਮ ਰੇਟ ਦੇਸ਼ ਦੇ ਵਿੱਚ ਕਿਸੇ ਵੀ ਦੇਸ਼ ਦੀ ਗੱਲ ਕਰ ਲਾ ਹਜੇ ਹੈਗਾ ਹਜੇ ਆਪਾਂ ਗੱਲ ਕਰਦੇ ਵੀ ਕ੍ਰਾਈਮ ਰੇਟ ਵੱਧ ਰਿਹਾ ਤੇ ਉਸ ਹਿਸਾਬ ਦੇ ਨਾਲ ਇੱਥੇ ਕ੍ਰਾਈਮ ਰੇਟ ਕਿੰਨਾ ਜ਼ਿਆਦਾ ਵਧਿਆ ਹੋਇਆ ਤੇ ਜੇਕਰ ਉਸ ਤੋਂ ਸਾਡੇ ਮਹਾਨ ਭਾਰਤ ਦੀ ਗੱਲ ਕਰਾਂ ਜਿਹੜਾ ਕਿ 142 ਕੰਟਰੀਆਂ ਦੇ ਵਿੱਚੋਂ 77ਵੇਂ ਨੰਬਰ ਤੇ ਆਉਂਦਾ ਕ੍ਰਾਈਮ ਰੇਟ ਦੇ ਵਿੱਚ ਤਾਂ ਭਾਰਤ ਮਹਾਨ ਦੇ ਵਿੱਚ 44.6% ਕ੍ਰਾਈਮ ਰੇਟ ਹੈ ਜੀ ਜਿੱਥੇ ਸਾਡੀਆਂ ਸਰਕਾਰਾਂ ਕਹਿੰਦੀਆਂ ਅਸੀਂ ਕੰਮ ਕਰਦੇ ਹਾਂ ਜ ਸਰਕਾਰ ਕਹਿੰਦੀ ਆ ਵੀ ਸਾਡੇ ਦੇਸ਼ ਦੇ ਵਿੱਚ ਸਾਡਾ ਮਹਾਨ ਦੇਸ਼ ਆ ਸਰਨੋੜੂ ਆਪਾਂ ਜਿਹਨੂੰ ਮੰਨਦੇ ਆ ਵੀ ਲੋਕਤੰਤਰੀ ਰਾਜ ਆ ਜਿਹੜਾ ਲੋਕਤੰਤਰ ਦਾ ਰਾਜ ਆ ਜਿਹੜੇ ਦੇਸ਼ ਦੇ ਵਿੱਚ ਉੱਥੇ 44.66% ਜਿਹੜਾ ਕ੍ਰਾਈਮ ਰੇਟ ਆ ਤੇ ਜੇਕਰ ਉਸ ਤੋਂ ਅੱਗੇ ਚਲੀਏ ਤਾਂ ਉਹ ਕੰਟਰੀ ਜਿੱਥੇ ਅਸੀਂ ਜਿਹਨੂੰ ਮਿੰਨੀ ਪੰਜਾਬ ਕਹਿੰਨੇ ਆ ਜਾਂ ਜਿਹਨੂੰ ਆਪਾਂ ਕਹਿ ਲਈਏ ਵੀ ਕੈਨੇਡਾ ਉਹ ਧਰਤੀ ਆ ਜਿੱਥੇ ਸਾਡਾ ਹਰੇਕ ਪੰਜਾਬੀ ਦੀ ਤਮੰਨਾ ਹੁੰਦੀ ਆ ਵੀ ਜਦੋਂ ਅਸੀਂ ਭਾਰਤ ਦੇ ਵਿੱਚੋਂ ਬਾਹਰ ਨਿਕਲੀਏ ਤਾਂ ਕੈਨੇਡਾ ਹੀ ਪਹੁੰਚ ਗਏ ਤਾਂ ਉੱਥੇ ਜੇਕਰ ਮੈਂ ਕ੍ਰਾਈਮ ਰੇਟ ਦੀ ਗੱਲ ਕਰਾਂ 44.3% ਕੈਨੇਡਾ ਕ੍ਰਾਈਮ ਰੇਟਾ ਉਸ ਪੰਜਾਬੀ ਮੈਂ ਕਹਿ ਲਾ ਵੀ ਉਸ ਪੰਜਾਬੀ ਧਰਤੀ ਤੇ ਆ ਕਿਉਂਕਿ ਹੁਣ ਮੈਂ ਪੰਜਾਬੀ ਕਹਿ ਸਕਦਾ ਨਾ ਉਥੇ ਪੰਜਾਬੀ ਬਹੁਤ ਜ਼ਿਆਦਾ ਰਹਿੰਦੀ ਆ ਉਥੋਂ ਦੀ ਆਬਾਦੀ ਹੁਣ ਪੰਜਾਬੀਆਂ ਦੀ ਹੈਗੀ ਆ ਤੇ ਜੇਕਰ ਉਥੋਂ ਦੀ ਗੱਲ ਕਰਾਂ ਕੈਨੇਡਾ ਦੇ ਵਿੱਚ ਤਾਂ ਪਿਛਲੇ ਦਿਨ ਹੀ ਕੈਨੇਡਾ ਦੀ ਵੈਂਕੂਵਰ ਪੁਲਿਸ ਨੇ ਇੱਕ ਜਿਆਦਾ ਕਹਿ ਲਾ ਵੀ ਅੰਕੜੇ ਸਾਂਝੇ ਕੀਤੇ ਸੀ ਉਹਨਾਂ ਅੰਕੜਿਆਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਪੁਲਿਸ ਨੇ ਇੱਕ ਲਿਸਟ ਜਾਰੀ ਕੀਤੀ ਆ ਜਿਹੜੇ ਉਹਨਾਂ ਨੇ ਗੈਂਗਸਟਰ ਫੜੇ ਸੀ ਤਾਂ ਉਹ ਗੈਂਗਸਟਰਾਂ ਦੀ 11 ਦੀ ਲਿਸਟ ਵਿੱਚੋਂ 9 ਗੈਂਗਸਟਰ ਪੰਜਾਬੀ ਸੀਗੇ ਜੀ ਜੀ ਦੇਖੋ ਜਿੱਥੇ ਆਪਾਂ ਭਾਰਤ ਦੀ ਗੱਲ ਕਰਦੇ ਆ ਜਿੱਥੇ ਭਾਰ ਦੇ ਵਿੱਚ ਪੰਜਾਬੀਆਂ ਦੀ ਗੱਲ ਕਰਦੇ ਆ ਤਾਂ ਪੰਜਾਬੀਆਂ ਨੇ ਜਿਹੜਾ ਸਾਡਾ ਨਾਂ ਰੋਸ਼ਨ ਤਾਂ ਕੀਤਾ ਕਿਤੇ ਨਾ ਕਿਤੇ ਪਰ ਕਿਤੇ ਨਾ ਕਿਤੇ ਕਿਸੇ ਨੌਜਵਾਨਾਂ ਨੇ ਸਾਡਾ ਨਾਮ ਜਿਹੜਾ ਉਹ ਥੱਲੇ ਵੀ ਲੈ ਕੇ ਆਂਦਾ ਦੇਖੋ 11 ਦੇ ਵਿੱਚੋਂ 9 ਪੰਜਾਬੀ ਵਿਅਕਤੀ ਕਹਿਣਾ ਬਹੁਤ ਹੀ ਵੱਡੀ ਗੱਲ ਹੈ ਜਿੱਥੇ ਅਸੀਂ ਗੱਲ ਕਰਦੇ ਆ ਭਗਤ ਸਿੰਘ ਦੀ ਜਿੱਥੇ ਅਸੀਂ ਉਸ ਸੂਬੇ ਦੀ ਗੱਲ ਕਰਦੇ ਆ ਜਿੱਥੇ ਸਾਡੇ ਗੁਰੂਆਂ ਨੇ ਸ਼ਹੀਦੀਆਂ ਦਿੱਤੀਆਂ ਸਾਡੀ ਸਿੱਖੀ ਦੇ ਲਈ ਦਿੱਤੀਆਂ ਤੇ ਸਾਨੂੰ ਚੰਗੇ ਕੰਮਾਂ ਦੇ ਲਈ ਕਿਹਾ ਵੀ ਤੁਸੀਂ ਆਹ ਕੰਮ ਕਰਨੇ ਆ ਅਸੀਂ ਉੱਥੇ ਕੀ ਕਰ ਰਹੇ ਆ 11 ਦੇ ਵਿੱਚੋਂ 9 ਵਿਅਕਤੀ ਨੇ ਜੀ ਉਹ ਉਥੇ ਜਿਹੜੀ ਰਿਪੋਰਟ ਦੇ ਵਿੱਚ ਦੱਸਿਆ ਗਿਆ ਵੀ ਜਿਹੜੇ ਫੜੇ ਗਏ ਨੇ ਉਹ ਪੰਜਾਬੀ ਨਹੀਂ ਤੇ ਜੇਕਰ ਉਸ ਤੋਂ ਮੈਂ ਅੱਗੇ ਚਲਾਂ ਤਾਂ 86ਵੇਂ ਨੰਬਰ ਤੇ ਆਉਂਦੀ ਹੈ ਕੰਟਰੀ ਪਾਕਿਸਤਾਨ ਜਾਂ ਮੈਂ ਕਹਿਲਾਂ ਵੀ ਸਾਡਾ ਗੁਆਂਢੀ ਦੇਸ਼ ਉਥੇ ਜਿਹੜੀ ਕ੍ਰਾਈਮ ਰੇਟ ਹੈ ਉਹ 42.3 ਦੇਖੋ ਸਾਡੇ ਭਾਰਤ ਨਾਲੋਂ ਘੱਟ ਹੈ ਪਾਕਿਸਤਾਨ ਦੀ ਰੇਸ਼ਿਓ ਤੇ ਆਪਾਂ ਹਲੇ ਪਾਕਿਸਤਾਨ ਦੇ ਵਿੱਚ ਕਹਿ ਦਿੰਦੇ ਆ ਵੀ ਪਾਕਿਸਤਾਨ ਦੇ ਵਿੱਚ ਆਹ ਹੁੰਦਾ ਜਾਂ ਆਹ ਹੁੰਦਾ ਤੇ ਜਿਹੜੀ ਰੇਸ਼ਿਓ ਆ ਉਹ ਆਪਣੇ ਲੋਕ ਘੱਟ ਹੈ ਤੇ ਜੇਕਰ ਮੈਂ ਇਸ ਤੋਂ ਅੱਗੇ ਚੱਲਾਂ ਤਾਂ ਸਾਊਥ ਕੋਰੀਆ 126ਵੇਂ ਨੰਬਰ ਦੇ 142 ਦੇ ਵਿੱਚੋਂ ਕ੍ਰਾਈਮ ਰੇਟ ਦੇ ਵਿੱਚ ਜੀ ਜਿੱਥੋਂ ਦੀ ਕ੍ਰਾਈਮ ਰੇਟ ਕੇਵਲ 24.6% ਹੈ ਜੀ ਦੇਖੋ ਇੱਕ ਗੱਲ ਤਾਂ ਹੈ ਵੀ ਉੱਥੋਂ ਦੇ ਜਿਹੜੇ ਮੈਂ ਕਹਲਾਂ ਵੀ ਪ੍ਰਧਾਨ ਮੰਤਰੀ ਨੇ ਉੱਥੋਂ ਦੇ ਪ੍ਰਧਾਨ ਮੰਤਰੀ ਬਹੁਤ ਸਖਤ ਨੇ ਤਾਂ ਮੈਂ ਕਹਿ ਸਕਦਾ ਵੀ ਹੋ ਸਕਦਾ ਕਿਤੇ ਨਾ ਕਿਤੇ ਕ੍ਰਾਈਮ ਰੇਟ ਘਟਾ ਹੈ ਕਿਉਂਕਿ ਉਥੋਂ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੋਇਆ ਵੀ ਦੇਸ਼ ਦੇ ਵਿੱਚ ਮੁੰਡੇ ਦੇ ਕੁੜੀ ਨੂੰ ਬਰਾਬਰ ਦਾ ਸਮਾਨ ਤੁਸੀਂ ਇੱਥੋਂ ਲਾਉਣਾ ਉੱਥੇ ਇੰਨੀ ਸਖਤਾਈ ਹੈ ਵੀ ਉੱਥੇ ਜਿਹੜਾ హెయిਰ ਕੱਟ ਹੁੰਦਾ ਨਾ ਚਾਹੇ ਮੁੰਡੇ ਦਾ ਚਾਹੇ ਕੁੜੀ ਦਾ ਕੁੜੀਆਂ ਦਾ ਇੱਕ హెయిਰ ਕੱਟ ਤੇ ਮੁੰਡਿਆਂ ਦਾ ਇੱਕੋ ਸਟਾਈਲ ਦਾ హెయిਰ ਕੱਟ ਪੂਰੇ ਦੇਸ਼ ਦੇ ਵਿੱਚ ਹੁੰਦਾ ਉਹ ਤੁਸੀਂ ਕਿਸੇ ਹੋਰ హెయిਰ ਕੱਟ ਨੂੰ ਵਰਤ ਨਹੀਂ ਸਕਦੇ ਤੁਸੀਂ ਇੱਥੋਂ ਦੇਖੋ ਵੀ ਜੇਕਰ ਉਹ ਦੇਸ਼ ਦੇ ਵਿੱਚ ਇੰਨੀ ਸਖਤਾਈ ਹੈ ਉੱਥੇ ਕ੍ਰਾਈਮ ਰੇਟ ਆਟੋਮੈਟਿਕ ਘਟੂਗਾ ਉੱਥੇ ਜੇਕਰ ਪ੍ਰਸ਼ਾਸਨ ਚੰਗਾ ਉੱਥੇ ਸਰਕਾਰਾਂ ਸਖਤ ਨੇ ਤਾਂ ਆਟੋਮੈਟਿਕ ਪਤਾ ਨਾ ਵੀ ਨੌਜਵਾਨ ਉੱਥੇ ਚੰਗੇ ਪਾਸ ਇਥੋਂ ਸੀ ਅੰਦਾਜ਼ਾ ਲਾ ਸਕਦੇ ਆ ਵੀ ਸਾਊਥ ਕੋਰੀਆ ਦੇ ਵਿੱਚ ਕਿਉਂ ਜਿਹੜਾ ਕ੍ਰਾਈਮ ਰੇਟ ਆ ਬਹੁਤ ਘੱਟ ਆ ਤੇ ਜੇਕਰ ਮੈਂ ਇਸ ਤੋਂ ਅੱਗੇ ਚੱਲਾਂ 142 ਨੰਬਰ ਜਿਹੜੀ ਆਪਾਂ ਕਹਿ ਸਕਦੇ ਆ ਵੀ ਵਰਲਡ ਦੇ ਵਿੱਚ ਜਿਹੜੀਆਂ ਕੰਟਰੀਆਂ ਤੇ ਐਂਡ ਤੇ ਜਿਹੜੀ ਕੰਟਰੀ ਹੁੰਦੀ ਆ ਉਹ ਹੈਗੀ ਆ ਜੀ ਕਤਰ ਕਤਰ ਦੇ ਵਿੱਚ ਕੇਵਲ 14.8 ਕ੍ਰਾਈਮ ਰੇਟ ਆ ਦੇਖੋ ਇਹ ਤਾਂ ਗੱਲ ਸਮਝਿਆ ਵੀ ਉੱਥੇ ਜਿਹੜੀ ਕੰਟਰੀ ਆ ਬਹੁਤ ਛੋਟੀ ਆ ਤੇ ਉਹਦੇ ਨਾਲ ਨਾਲ ਜਿਹੜਾ ਕ੍ਰਾਈਮ ਰੇਟ ਆ ਉਹ ਵੀ ਘੱਟ ਆ ਪਰ ਸਾਨੂੰ ਸਿੱਖਣਾ ਚਾਹੀਦਾ ਨਾ ਵੀ ਉੱਥੋਂ ਦਾ ਪ੍ਰਸ਼ਾਸਨ ਕਿਵੇਂ ਕੰਮ ਕਰਦਾ ਉਹਨਾਂ ਕੰਟਰੀਆਂ ਨੂੰ ਚਾਹੀਦਾ ਜਿਹੜੀਆਂ ਕੰਟਰੀਆਂ ਦੇ ਵਿੱਚ ਕ੍ਰਾਈਮ ਰੇਟ ਸਭ ਤੋਂ ਵੱਧ ਆ ਫਿਰ ਚਾਹੀ ਮੈਂ ਵੈਨੇਜ਼ੁਏਲਾ ਦੀ ਗੱਲ ਕਰ ਲਾਂ ਤੇ ਜਿਵੇਂ ਮੈਂ ਪਹਿਲਾਂ ਹੀ ਕਿਹਾ ਤਾਂ ਵੀ ਯੂ ਐਸ ਏ ਦੇ ਵਿੱਚ ਸਭ ਤੋਂ ਵੱਧ ਜ਼ਿਲ੍ਹਾ ਇਹਦਾ ਮਤਲਬ ਉੱਥੇ ਕ੍ਰਾਈਮ ਰੇਟ ਵੀ ਬਹੁਤ ਜ਼ਿਆਦਾ ਹੋਊਗਾ ਤੇ ਉੱਥੇ ਵੀ ਜੇਕਰ ਗੱਲ ਕਰੀਏ ਤਾਂ ਉੱਥੇ ਵੀ ਲੋਡ ਆ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਵੀ ਇਹਨਾਂ ਚੀਜ਼ਾਂ ਤੋਂ ਸਿੱਖੀਏ ਜਿਹੜੇ ਦੇਸ਼ਾਂ ਦੇ ਵਿੱਚ ਕ੍ਰਾਈਮ ਰੇਟ ਹੈ ਹੀ ਨਹੀਂ ਜਿਵੇਂ ਨੀਦਰਲੈਂਡ ਆ ਜਿਵੇਂ ਮੈਂ ਕੱਦਰ ਦੀ ਗੱਲ ਕੀਤੀ ਆ ਇੱਥੇ ਸਾਨੂੰ ਸਿੱਖਣਾ ਚਾਹੀਦਾ ਵੀ ਹਾਂ ਜਿਹੜੀਆਂ ਇਹ ਕੰਟਰੀਆਂ ਇਹ ਕਿਵੇਂ ਚਲਾਉਂਦੀਆਂ ਨੇ ਇਹ ਕਿਵੇਂ ਸਿਸਟਮ ਚਲਾਉਂਦੀਆਂ ਨੇ ਸੋ ਇਹਨਾਂ ਚੀਜ਼ਾਂ ਦੇ ਸਾਨੂੰ ਗੌਰ ਕਰਨ ਦੀ ਜ਼ਰੂਰ ਲੋੜ ਹੈ ਇਹਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਦੇਸ਼ ਵਿੱਚ ਇਸ ਵੇਲੇ 5.79 ਲੱਖ ਜਿਹੜੇ ਬੰਦੀ ਹੈਗੇ ਉਹ ਜੇਲ੍ਹਾਂ 'ਚ ਬੰਦ ਹੈਗੇ ਆ ਤਾਂ ਸਾਰਿਆਂ ਨੂੰ ਪਹਿਲਾ ਜਿਹੜਾ ਆ ਜਾਂਦਾ ਉਹ ਉੱਤਰ ਪ੍ਰਦੇਸ਼ ਆ ਜਾਂਦਾ ਪਹਿਲੇ ਨੰਬਰ ਤੇ ਜਿਹੜਾ ਉੱਤਰ ਪ੍ਰਦੇਸ਼ ਆ ਉਹਦੇ ਵਿੱਚ 1.1 ਹਾਸ ਲੱਖ ਜਿਹੜੇ ਬੰਦੀ ਹੈਗੇ ਉਹ ਬੰਦ ਹੈਗੇ ਇਹਦੇ ਨਾਲ ਹੀ ਜੇ ਦੂਜੇ ਨੰਬਰ ਤੇ ਅਸੀਂ ਗੱਲ ਕਰੀ ਤਾਂ ਬਿਹਾਰ ਆ ਜਾਂਦਾ ਹੈ ਬਿਹਾਰ ਹੈ ਜਿਹੜਾ ਦੂਜੇ ਨੰਬਰ ਤੇ ਆ ਉਹਦੇ ਵਿੱਚ ਹੈਗੇ 61.848 ਜਿਹੜੇ ਬੰਦੀ ਹੈਗੇ ਆ ਜੀ ਤੇ ਇਹਦੇ ਨਾਲ ਤੀਜੇ ਨੰਬਰ ਤੇ ਆ ਜਾਂਦਾ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਚ ਹੈਗੇ ਆ ਜੀ 45.602 ਬੰਦੀ ਹੈਗੇ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਬੰਦ ਹੈਗੇ ਆ ਤੇ ਚੌਥੇ ਨੰਬਰ ਤੇ ਆ ਜਾਂਦਾ ਮਹਾਰਾਸ਼ਟਰ ਮਹਾਰਾਸ਼ਟਰ ਚ ਹੈਗੇ 43.718 ਬੰਦੀ ਤੇ ਪੰਜਵੇਂ ਨੰਬਰ ਤੇ ਸਾਡਾ ਪੰਜਾਬ ਸੂਬਾ ਆ ਜਾਂਦਾ ਜੀ ਜਿਹਦੇ ਵਿੱਚ ਪਿਛਲੇ 9 ਮਹੀਨਿਆਂ ਦੇ ਦੌਰਾਨ ਜਿਹੜਾ ਅੰਕੜਾ ਹੈਗਾ ਉਹ 21000 ਦੀ ਜਿਹੜੀ ਇਹ ਚ ਕਮੀ ਆਈ ਹੈ ਤੇ ਹਰਿਆਣਾ ਜਿਹੜਾ ਉਹ ਹੁਣ ਪੰਜਾਬ ਦੇ ਨਾਲੋਂ ਪਿੱਛੇ ਚਲਾ ਗਿਆ ਦੇਖੋ ਜਿਵੇਂ ਤੁਸੀਂ ਪੰਜਾਬ ਦੀ ਜਾਂ ਮੈਂ ਕਹਲਾਂ ਵੀ ਉਹਨਾਂ ਸੂਬਿਆਂ ਦੀ ਗੱਲ ਕੀਤੀ ਜਿਹੜੇ ਭਾਰ ਦੇ ਦੇਨ ਹੁੰਦੇ ਤੇ ਜਿਨ੍ਹਾਂ ਦੇ ਵਿੱਚ ਜਿਹੜੀ ਗਿਣਤੀ ਆ ਉਹ ਇੰਨੀ-ਇੰਨੀ ਆ ਤੇ ਜੇਕਰ ਇਸ ਤੋਂ ਮੈਂ ਅਗਲੇ ਅੰਕੜਿਆਂ ਦੀ ਗੱਲ ਕਰਾਂ ਸਾਡੇ ਮੈਂ ਦਰਸ਼ਕਾਂ ਨੂੰ ਵੀ ਕਹਿਦਾ ਵੀ ਅੱਜ ਸਾਡਾ ਇਹ ਜਿਹੜਾ ਪ੍ਰੋਗਰਾਮ ਆ ਗੱਲਬਾਤ ਘੱਟ ਹੋਊਗੀ ਜੀ ਇਸ ਦੇ ਵਿੱਚ ਜਿਹੜੇ ਅੰਕੜੇ ਆਸੀਂ ਜ਼ਿਆਦਾ ਸਾਂਝੇ ਕਰਾਂਗੇ ਕਿਉਂਕਿ ਸਾਡੀ ਕੋਸ਼ਿਸ਼ ਹੈ ਵੀ ਅਸੀਂ ਇਸ ਪ੍ਰੋਗਰਾਮ ਜ਼ਰੀਏ ਸਾਡੇ ਉਹਨਾਂ ਸਾਡੇ ਪੰਜਾਬੀ ਵੀਰਾਂ ਨੂੰ ਜਾਂ ਮੈਂ ਕਹਲਾਂ ਵੀ ਜਿਹੜੇ ਸਾਡੇ ਦਰਸ਼ਕ ਸਾਨੂੰ ਦੇਖਦੇ ਆ ਉਹਨਾਂ ਨੂੰ ਥੋੜੀ ਜਿਹੀ ਇਨਫੋਰਮੇਸ਼ਨ ਦਿੱਤੀ ਜਾਵੇ ਵੀ ਕਿੰਨੀਆਂ ਜੇਲਾਂ ਕਿੱਥੇ ਵਿੱਚ ਕ੍ਰਾਈਮ ਰੇਟ ਕਿੰਨੇ ਕਿੰਨੇ ਦੇਸ਼ਾਂ ਦੇ ਵਿੱਚ ਕਿੰਨਾ ਕਿੰਨਾ ਤੇ ਹੋਮ ਮੈਂ ਸਾਡੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੀ ਗੱਲ ਕਰਦਾ ਜੀ ਜਿੱਥੇ ਕੇਵਲ ਪੰਜਾਬ ਦੇ ਵਿੱਚ 25 ਜੇਲ੍ਹਾਂ ਨੇ ਜੀ ਪੂਰੇ ਪੰਜਾਬ ਦੇ ਵਿੱਚ ਪੂਰੀਆਂ ਜੀ 25 ਜੇਲ੍ਹਾਂ ਨੇ ਤੇ 25 ਜੇਲ੍ਹਾਂ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਉੱਥੋਂ ਦੇ ਕੈਦੀਆਂ ਦੀ ਸਮਰੱਥਾ ਮੈਂ ਗੱਲ ਕਰਦਾ ਸਮਰੱਥਾ ਦੀ ਵੀ ਆਪਾਂ ਕਿੰਨੇ ਕੈਦੀ ਉਹਨਾਂ ਸਾਰੀਆਂ ਜੇਲ੍ਹਾਂ ਦੇ ਵਿੱਚ ਰੱਖ ਸਕਦੇ ਆ ਰੱਖ ਸਕਦੇ ਆ ਉਹ ਹੈਗੇ ਜੀ 26904 ਕੰਧਪਾ ਵੀ ਅਸੀਂ 25 ਜੇਲਾਂ ਦੇ ਵਿੱਚ ਪੂਰੀਆਂ ਭਰ ਕੇ ਜੇਕਰ ਜੇਲਾਂ ਜਾਂ ਮੈਂ ਕਹਿ ਰਿਹਾ ਵੀ ਜੇਲਾਂ ਦੇ ਵਿੱਚ ਜੇਕਰ ਭਰ ਕੇ ਆਪਾਂ ਵਿਅਕਤੀ ਰੱਖਣੇ ਹੋਣ ਜਾਂ ਉਹ ਰੱਖਣੇ ਹੋਣ ਜਿਨ੍ਹਾਂ ਨੇ ਕੋਈ ਕ੍ਰਾਈਮ ਕੀਤਾ ਤਾਂ 26904 ਆ ਤੇ ਇਸ ਸਮੇ ਹੈਗੇ ਕਿੰਨੇ ਨੇ ਇੱਥੇ ਜਿਹੜੀ ਗੱਲ ਕਰੀਏ ਤਾਂ 30000 477 ਜਾਣੇ ਨੇ ਜੀ ਇਹਨਾਂ ਜੇਲਾਂ ਦੇ ਵਿੱਚ ਕੈਨ ਦਾ ਭਾਵ ਵੀ ਜਿਹੜੀਆਂ ਜੇਲਾਂ ਨੇ ਉਹ ਤੂੜੀ ਦੀ ਟਰਾਲੀ ਵਾਂਗੂ ਪੂਰੀਆਂ ਦੱਬੀਆਂ ਪਈਆਂ ਨੇ ਇੰਨੀਆਂ-ਇੰਨੀਆਂ ਭਰੀਆਂ ਪਈਆਂ ਨੇ ਇੱਥੋਂ ਪਤਾ ਲੱਗਦਾ ਵੀ ਪੰਜਾਬ ਦੇ ਵਿੱਚ ਕਿੰਨਾ ਕ੍ਰਾਈਮ ਹੈ ਪੰਜਾਬ ਦੀ ਧਰਤੀ ਦੇ ਉੱਤੇ ਕਿੰਨਾ ਕ੍ਰਾਈਮ ਹੋ ਰਿਹਾ 3573 ਜਿਹੜੇ ਲੋਕ ਨੇ ਉਹ ਵਧ ਨੇ ਆਮ ਨਾਲੋਂ ਜਿੰਨੀ ਜੇਲਾਂ ਦੀ ਸਮਰੱਥਾ ਉਹਦੇ ਤੋਂ 3500 ਤੇ ਜਿਹੜੇ 35 ਵਿਅਕਤੀ ਨੇ ਉਹ ਵਧ ਦਾ ਜਿਹੜੇ ਜੇਲਾਂ ਦੇ ਵਿੱਚ ਰੱਖੇ ਹੋਏ ਨਹੀਂ ਜੀ ਉਹਨਾਂ ਨੂੰ ਤਾਂ ਜਿਹੜੇ ਮুলਜ਼ਮ ਹੈਗੇ ਉਹਨਾਂ ਨੂੰ ਤਾਂ ਸਾਹ ਲੈਣਾ ਵੀ ਜਿਹੜਾ ਉਹ ਬਹੁਤ ਔਖਾ ਹੋ ਰਿਹਾ ਹੋਊਗਾ ਤੇ ਪੰਜਾਬ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੈਦੀ ਹੈਗੇ ਉਹ ਤਾਂ ਵਿਚਾਰ ਅਧੀਨ ਹੈ ਤੇ ਜੇ ਉਹਨਾਂ 'ਚ ਅਸੀਂ ਗੱਲ ਕਰੀਏ ਜਿਹੜੀਆਂ ਔਰਤਾਂ ਹੈਗੀਆਂ ਉਹ 1500 ਤੇ 11 ਔਰਤਾਂ ਜੀ ਜਿਹੜੇ ਮਰਦ ਹੈਗੇ ਉਹ ਹੈਗੇ 28957 ਜਿਹੜੇ ਮਰਦ ਹੈ ਜਿਹੜੀ ਇੰਨੀ ਵੱਡੀ ਗਿਣਤੀ ਹੈਗੀ ਉਹ ਪੰਜਾਬ ਦੀਆਂ ਜੇਲਾਂਾਂ ਦੇ ਵਿੱਚ ਬੰਦ ਹੈਗੇ ਆ ਦੇਖੋ ਜਿਵੇਂ ਤੁਸੀਂ ਪੰਜਾਬ ਦੀਆਂ ਜੇਲਾਂ ਦੀ ਆਪਾਂ ਗੱਲ ਕਰੀ ਜਾਂਦੇ ਆ ਵੀ ਇੰਨੀਆਂ-ਇੰਨੀਆਂ ਜੇਲਾਂ ਨੇ ਪੰਜਾਬ ਦੇ ਵਿੱਚ ਤੇ ਇੰਨੀਆਂ ਜੇਲਾਂ ਦੇ ਵਿੱਚ ਇੰਨੇ-ਇੰਨੇ ਵਿਅਕਤੀ ਜਿਹੜੇ ਰੱਖੇ ਗਏ ਨੇ ਤੇ ਜੇਕਰ ਅਰਜ਼ੀ ਮੈਂ ਉਹਨਾਂ ਦੀ ਉਮਰ ਦੀ ਗੱਲ ਕਰਾਂ ਜਾਂ ਮੈਂ ਇਹ ਕਹਿ ਲਵਾਂ ਵੀ ਸਾਡੇ ਪੰਜਾਬ ਦੇ ਵਿੱਚ ਜਿਹੜੇ ਵਿਅਕਤੀ ਕੈਦ ਨੇ ਉਨ੍ਹਾਂ ਦਾ ਤੁਸੀਂ ਜਾਣ ਕੇ ਗੱਲ ਇਹ ਹੈਰਾਨ ਹੀ ਹੋ ਜਾਊਂਗੇ ਵੀ 85% ਜਾਂ ਮੈਂ ਕਹਿੰਦਾ ਵੀ 85% ਰੇਸ਼ਿਓ ਉਹ ਹੈ ਜੀ ਉਹ ਜੇਲ੍ਹਾਂ ਦੀ ਕੈਦੀਆਂ ਦੀ ਜਿਹੜੇ ਕੀ 40 ਸਾਲ ਤੋਂ ਘੱਟ ਨੇ ਕਹਿਣ ਦਾ ਭਾਅ ਵੀ ਸਾਡੇ ਅੱਧੇ ਪੰਜਾਬ ਦੀ ਜਵਾਨੀ ਜੇਲ੍ਹਾਂ ਦੇ ਵਿੱਚ ਬੰਦਾ ਇਹ ਗੱਲ ਸਾਨੂੰ ਸੋਚਣ ਦੀ ਲੋੜ ਆ ਵੀ ਕਿੱਥੇ ਤਾਂ ਸਾਡੀ ਨੌਜਵਾਨੀ ਨੂੰ ਉੱਥੇ ਹੋਣਾ ਚਾਹੀਦਾ ਜਿੱਥੇ ਅਸੀਂ ਮੱਲਾ ਮਾਰਨੀ ਆ ਤੇ ਕਿੱਥੇ ਸਾਡੀ ਨੌਜਵਾਨੀ ਕਿਉਂਕਿ 40 ਸਾਲ ਤੋਂ ਘੱਟ ਆਪਾਂ ਨੌਜਵਾਨੀ ਗਿੰਦੇ ਆ ਕਿਉਂਕਿ ਜਿਹੜੀ ਉਮਰ 30 ਤੋਂ 35 ਸਾਲ ਦੀ ਹੁੰਦੀ ਉਹ ਨੌਜਵਾਨੀ ਹੁੰਦੀ ਆ ਤੇ ਜਿਹੜੇ 85% ਦੀ 40 ਸਾਲ ਤੋਂ ਘੱਟ ਨੇ ਇਹ ਸੋਚਣ ਦੀ ਤੇ ਬੜੀ ਹੈਰਾਨੀਜਨਕ ਗੱਲ ਹੈ ਸਾਨੂੰ ਇਸ ਤੇ ਵਿਚਾਰ ਕਰਨ ਦੀ ਲੋੜ ਆ ਵੀ ਕਿਉਂ ਇੰਨੀ ਜਿਹੜੀ ਕ੍ਰਾਈਮ ਰੇਟ ਆ ਜਾਂ ਇੰਨੇ ਲੋਕ ਕੈਦੀ ਨੇ ਕਾਤੋਂ ਨੇ ਕਿਹੜੇ ਕਿਹੜੇ ਕੇਸਾਂ ਦੇ ਵਿੱਚ ਨੇ ਕਿਉਂ ਜਿਹੜਾ ਸਾਡਾ ਪੰਜਾਬ ਆ ਇੰਨੇ ਕ੍ਰਾਈਮ ਰੇਟ ਦੇ ਵਿੱਚ ਇੰਨੀ ਅੱਗੇ ਵਧ ਰਿਹਾ ਜੀ ਹੁਣ ਤਾਂ ਜਿਹੜਾ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਜਿਹੜਾ ਇਹ ਮੁਹਿੰਮ ਚਲਾਈ ਸੀਗੀ ਨਸ਼ਾ ਤਸਕਰੀ ਵਾਲਿਆਂ ਨੂੰ ਜਿਹੜੇ ਫੜ ਰਹੇ ਆ ਤਾਂ ਉਹਦੇ ਵਿੱਚ ਕੀ ਸਭ ਤੋਂ ਵੱਧ ਕੈਦੀ ਤਾਂ ਜਿਹੜੇ ਨਸ਼ਾ ਸਮਗਲਰ ਹੈਗੇ ਆ ਉਹਨਾਂ ਨੂੰ ਜਿਹੜਾ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾ ਰਿਹਾ ਜੀ ਉਸੀ ਗੱਲ ਕੀਤੀ ਨਸ਼ਾ ਤਸਕਰੀਾਂ ਦੀ ਤੇ ਜੇਕਰ ਮੈਂ ਇਹ ਗੱਲ ਕਰਾਂ ਵੀ ਪੰਜਾਬ ਦੇ ਵਿੱਚ ਨਸ਼ਾ ਤਸਕਰੀ ਦੇ ਜਿਹੜੇ ਮਾਮਲੇ ਨੇ ਦਰਜ ਕਿੰਨੇ ਨੇ ਮੈਂ ਇਕੱਲੇ ਦਰਜ ਦੀ ਗੱਲ ਕਰੂੰਗਾ ਵੀ ਜਿਹੜੇ ਰਿਪੋਰਟਾਂ ਦੇ ਵਿੱਚ ਥਾਣਿਆਂ ਦੇ ਵਿੱਚ ਦਰਜ ਕੀਤੇ ਗਏ ਨੇ ਉਹ ਗਿਣਤੀ ਹੈਗੀ ਜੀ 13094 ਹੂੰ ਜੇਕਰ ਉਸਦੇ ਨਾਲ ਮੈਂ ਗੱਲ ਕਰਾਂ ਵੀ ਕਿੰਨੇ ਵਿਅਕਤੀ ਜਿਹੜੇ ਇਹ ਨਸ਼ਾ ਤਸਕਰੀ ਦੇ ਵਿੱਚ ਕੈਦ ਨੇ ਜਾਂ ਮੈਂ ਕਹਿਣਾ ਵੀ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੀ ਗਿਣਤੀ ਹੈਗੀ ਜੀ 17568 ਤੁਸੀਂ ਦੇਖੋ ਨਾ ਵੀ ਕਿੰਨੇ ਵਿਅਕਤੀ ਜਿਹੜੇ ਹਜੇ ਕੈਦ ਨਹੀਂ ਤੇ ਕਿੰਨੇ ਤੇ ਕੇਸ ਦਰਜ ਨਹੀਂ ਤੇ ਇਸ ਤੋਂ ਇਲਾਵਾ ਹਜੇ ਕਿੰਨੇ ਕੇਸ ਜਿਹੜੇ ਪੈਂਡਿੰਗ 'ਚ ਨੇ ਜਾਂ ਜਿਨ੍ਹਾਂ ਦੀਆਂ ਹਜੇ ਕੋਈ ਫਾਈਲਾਂ ਹੀ ਨਹੀਂ ਬਣੀਆਂ ਜਾਂ ਜਿਹੜੇ ਕੇਸ ਹਜੇ ਦਰਜ ਹੀ ਨਹੀਂ ਹੋਏ ਆਪਾਂ ਦੇਖਿਆ ਜਿਸ ਹਿਸਾਬ ਦੇ ਨਾਲ ਪਿੱਛੇ ਜੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੱਲੋਂ ਛਾਪੇ ਮਾਰੀਆਂ ਕੀਤੀਆਂ ਗਈਆਂ ਫਿਰ ਚਾਹੇ ਉਹ ਛਾਪੇਮਾਰੀ ਐਨਆਈ ਦੀ ਹੋਵੇ ਫਿਰ ਚਾਹੇ ਉਹ ਵਿਜੀਲੈਂਸ ਦੀ ਹੋਵੇ ਫਿਰ ਚਾਹੇ ਉਹ ਪੰਜਾਬ ਪੁਲਿਸ ਦੀ ਹੋਵੇ ਕਾਫੀ ਆਪਾਂ ਨਸ਼ਾ ਤਸਕਰੀ ਦੇ ਜਿਹੜੇ ਦੇਖਿਆ ਮਾਮਲੇ ਸਾਹਮਣੇ ਆਏ ਆ ਉਹਨਾਂ ਨੂੰ ਫੜਿਆ ਗਿਆ ਨਸ਼ਾ ਕਿੰਨੀ ਮੈਂ ਕਹਲਾਂ ਵੀ ਬ ਕਿ ਪਰ ਜਿਹੜੇ ਨਸ਼ੇ ਦੀ ਉਬਰਾਹਮਦ ਕੀਤੇ ਗਏ ਨੇ ਆਪਾਂ ਪਿੱਛੇ ਜੀ ਗੱਲ ਕੀਤੀ ਸੀ ਵੀ ਗਰਦਾਸਪੁਰ ਦੇ ਵਿੱਚ ਲਗਾਤਾਰ ਪਾਕਿਸਤਾਨ ਵੱਲੋਂ ਜਿਹੜੇ ਡਰੋਨ ਭੇਜੇ ਜਾ ਰਹੇ ਨੇ ਉਹਨਾਂ ਦੇ ਨਾਲ ਵੀ ਜਿਹੜੇ ਰਿਲੇਟਡ ਕਾਫੀ ਜਿਹੜਾ ਨਸ਼ਾ ਉਹ ਇੱਧਰ ਆ ਰਿਹਾ ਇਹਨਾਂ ਚੀਜ਼ਾਂ ਤੇ ਸਾਨੂੰ ਗੌਰ ਕਰਨ ਦੀ ਲੋੜ ਹੈ ਜੇਕਰ ਸਰਕਾਰ ਇਸ ਤੇ ਗੌਰ ਕਰੇ ਜਾਂ ਜਿਹੜੀ ਸਰਕਾਰ ਕੰਮ ਕਰ ਰਹੀ ਹੈ ਤਾਂ ਸਾਨੂੰ ਲੋੜ ਆ ਇਸ ਤੇ ਉਜਾਗਰ ਹੋਣ ਦੀ ਸਾਡੀ ਨੌਜਵਾਨੀ ਪੀੜ੍ਹੀ ਨੂੰ ਸੋਚਣ ਦੀ ਵੀ ਅੱਜ ਦਾ ਪੰਜਾਬ ਜਿਹੜਾ ਪੰਜ ਦਰਿਆਵਾਂ ਦੀ ਧਰਤੀ ਸੀ ਜਿੱਥੇ ਪੰਜਾਬ ਨੂੰ ਕਹਿੰਦੇ ਸੀ ਵੀ ਸੋਨੇ ਦੀ ਛਿਹੜੀ ਹੈ ਉਹ ਹੁਣ ਕਿੱਥੇ ਜਾ ਰਿਹਾ ਬਹੁਤ ਵੱਡਾ ਸਵਾਲ ਹੈ ਜਾਂ ਚ ਪੰਜਾਬ ਦੇ ਵਿੱਚ ਇੰਨਾ ਕੁਝ ਹੋ ਰਿਹਾ ਤੇ ਸਾਨੂੰ ਬਹੁਤ ਘੱਟ ਚੀਜ਼ਾਂ ਪਤਾ ਜੀ ਇਹਦੇ ਨਾਲ ਹੀ ਜੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਗੱਲ ਕਰੀਏ ਵੀ ਉੱਥੇ ਕਿੰਨੇ ਕੈਦੀ ਜਿਹੜੇ ਬੰਦ ਹੈਗੇ ਤੇ ਜਾਂ ਕਿੰਨੇ ਵਿਚਾਰ ਅਧੀਨ ਹੈਗੇ ਤਾਂ ਉਹ ਅੰਕੜਾ ਜੇ ਸਾਂਝਾ ਕਰੀਏ ਤਾਂ ਸਭ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ 4354 ਜਿਹੜੇ ਬੰਦੀ ਹੈਗੇ ਐ ਤੇ ਜਿਹੜੇ ਵਿਚਾਰ ਅਧੀਨ ਆ ਉਹ ਹੈਗੇ ਐ 3590 ਹੈਗੇ ਜਿਹੜੇ ਉਹ ਵਿਚਾਰ ਅਧੀਨ ਐ ਜੀ ਇਹਦੇ ਨਾਲ ਹੀ ਜਿਹੜੀ ਗੋਇੰਦਵਾਲ ਜੇਲ੍ਹ ਆ ਉਹ ਕੀ ਆ ਹੁਣ ਕਾਫੀ ਚਰਚਾ ਦੇ ਵਿੱਚ ਹੈਗੀ ਐ ਕਿਉਂਕਿ ਉੱਥੇ 26 ਫਬਰੀ ਨੂੰ ਜਿਹੜੇ ਦੋ ਗੈਂਗਸਟਰ ਆ ਉਹ ਮਾਰੇ ਗਏ ਸੀਗੇ ਉਹਨਾਂ ਦਾ ਜਿਹੜਾ ਕਤਲ ਹੋ ਗਿਆ ਸੀ ਉਦੋਂ ਦੀ ਜਿਹੜੀ ਉਹ ਕਾਫੀ ਚਰਚਾ ਦੇ ਵਿੱਚ ਚੱਲ ਰਹੀ ਹੈ ਤੂੰ ਜਿਹੜੀ ਜੇਲ੍ਹ ਆਉ ਹੁਣੀ ਸ਼ੁਰੂ ਹੋਈ ਸੀ ਤੇ ਉਹਦੇ ਵਿੱਚ ਜਿਹੜੇ ਬੰਦੀ ਹੈਗੇ ਉਹ 1643 ਬੰਦੀ ਜਿਹੜੇ ਕੈਦੀ ਹੈ ਤੇ ਹੁਣ ਇਹਦੋਂ ਗਾਂਝ ਗੱਲ ਕਰੀਏ ਸੀ ਕਪੂਰਥਲਾ ਦੀ ਤਾਂ ਉਹਦੇ ਵਿੱਚ 3740 ਜਿਹੜੇ ਬੰਦੀ ਆ ਉਹ ਕੈਦ ਹੈ ਤੇ 2994 ਆ ਜਿਹੜੇ ਉਹ ਵਿਚਾਰ ਅਧੀਨ ਹੈ ਜੀ ਇਸ ਤੋਂ ਗਿਆ ਇਹਨਾਂ ਜੀ ਪਟਿਆਲਾ ਪਟਿਆਲਾ ਵਿੱਚ 2481 ਜਿਹੜੇ ਕੈਦੀ ਹੈਗੇ ਤੇ 1980 ਹੈਗੇ ਉਹ ਵਿਚਾਰ ਅਧੀਨ ਹੈ ਦੇਖੋ ਅਰਜੀ ਜਿਵੇਂ ਹਿਸਾਬ ਦੇ ਨਾਲ ਅਸੀਂ ਇਹਨਾਂ ਜੇਲਾਂ ਦੀ ਗੱਲ ਕੀਤੀ ਜਾਂ ਮੈਂ ਪੰਜਾਬ ਦੀਆਂ ਜੇਲਾਂ ਦੀ ਆਪਾਂ ਗੱਲ ਕੀਤੀ ਹੈ ਤੇ ਪੰਜਾਬ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਨੇ ਇੱਕ ਕੱਲ ਹੋਰ ਵੀ ਕਹੀ ਸੀ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਵਿੱਚ ਜਿਹੜੀਆਂ ਜੇਲਾਂ ਦੇ ਵਿੱਚ ਕੈਦੀ ਬੰਦ ਨੇ ਅਸੀਂ ਇਹਨਾਂ ਨੂੰ ਇਹ ਜਿਹੜੀਆਂ ਜੇਲਾਂ ਨੇ ਇਹਨਾਂ ਨੂੰ ਬਦਲਾਂਗੇ ਬਦਲਾਂਗੇ ਕਾਦੀ ਦੇ ਵਿੱਚ ਸਕਲਾਈ ਦੇ ਵਿੱਚ ਵੀ ਜਿਹੜੇ ਨੌਜਵਾਨਾਂ ਨੂੰ ਸਕਲਾਈ ਦਿੱਤੀ ਜਾਵੇ ਚੰਗੇ ਪਾਸੇ ਲਿਆਂਦਾ ਜਾਵੇ ਇਹਨਾਂ ਚੀਜ਼ਾਂ ਤੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਸੀ ਅਸੀਂ ਕੰਮ ਜ਼ਰੂਰ ਕਰਾਂਗੇ ਉਹਨਾਂ ਨੇ ਕਿਹਾ ਵੀ ਜੇਲਾਂ ਨੂੰ ਅਸੀਂ ਸੁਰੱਖਿਆਤ ਕੇਂਦਰ ਜਾਂ ਉਹ ਚੀਜ਼ਾਂ ਦੇ ਵਿੱਚ ਬਦਲ ਦਾਂਗੇ ਜਿੱਥੇ ਜਿਹੜਾ ਨੌਜਵਾਨਾਂ ਨੂੰ ਚੰਗੇ ਪਾਸੇ ਜਾਂ ਕਿਸੇ ਚੰਗੇ ਸਮਾਜਿਕ ਲੜ ਲਾਇਆ ਜਾਵੇ ਜਾਂ ਜਿਹੜੀਆਂ ਜੇਲ੍ਹਾਂ ਨੇ ਉਹ ਇਹੋ ਜਿਹੇ ਰੂਪ ਧਾਰਨ ਕਰ ਲੈਣੀਆਂ ਜਿਦੇ ਵਿੱਚ ਲੋਕ ਸਿੱਖਣਗੇ ਕੁਝ ਉੱਥੇ ਜਾ ਕੇ ਕੁਝ ਜਿਹੜੇ ਕੈਦੀ ਬੰਦ ਨੇ ਉਹ ਚੀਜ਼ਾਂ ਵੀ ਸਿੱਖਣਗੇ ਪਰ ਇੱਥੇ ਸਾਨੂੰ ਲੋੜ ਹੈ ਵੀ ਜਿਸ ਹਿਸਾਬ ਦੇ ਨਾਲ ਕੈਦੀ ਵਧ ਨੇ ਤੇ ਜੇਲ੍ਹਾਂ ਘਟਣੇ ਪਹਿਲੀ ਗੱਲ ਤਾਂ ਇੱਥੇ ਲੋੜ ਆ ਵੀ ਸਾਨੂੰ ਜੇਲਾ ਬਣਵਾਉਂਦੀ ਤੇ ਜੇਕਰ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਪੰਜਾਬ ਦੇ ਵਿੱਚ ਹੋਰ ਜੇਲਾ ਬਣ ਤੇ ਸਾਨੂੰ ਲੋੜ ਆ ਇਨ੍ਹਾਂ ਜੇਲ੍ਹਾਂ ਦੇ ਵਿੱਚ ਜਿਹੜੇ ਕੈਦੀ ਨੇ ਜਾਂ ਮੈਂ ਕਹਲਾਂ ਵੀ ਜਿਹੜਾ ਆਪਣਾ ਕ੍ਰਾਈਮ ਰੇਟ ਆ ਵਧਦਾ ਜਾਂਦਾ ਉਹਨੂੰ ਘਟਾਉਂਦੀ ਕਿਉਂਕਿ ਜੇਕਰ ਕ੍ਰਾਈਮ ਰੇਟ ਘਟ ਗਿਆ ਜੇ ਕਰ ਕੇ ਕੈਦੀ ਸੁਧਰਗੇ ਤਾਂ ਕਿਤਨਾ ਕੀਤੇ ਫਿਰ ਸਾਨੂੰ ਜੇਲਾ ਬਣਾਉਣ ਦੀ ਵੀ ਨਹੀਂ ਲੋੜ ਪੈਣੀ ਤੇ ਜਿਹੜੀਆਂ ਜੇਲਾ ਬਣੀਆਂ ਹੋਈਆਂ ਉਹਦੇ ਵਿੱਚ ਵੀ ਅਸੀਂ ਸਮਰੱਥਾ ਅਨੁਸਾਰ ਜਿਹੜੀ ਕੈਦੀ ਹੈ ਉਹ ਰੱਖ ਸਕਦੇ ਹਾਂ ਜੀ ਅਸੀਂ ਤਾਂ ਸਰਕਾਰਾਂ ਤੋਂ ਇਹੀ ਉਮੀਦ ਕਰਾਂਗੇ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਜਿਹੜੀ ਇਹ ਝੁਲਮ ਹੈ ਉਹ ਘਟੇ ਹੋਣ ਜਿਹੜੀ ਸਰਕਾਰ ਹੈ ਇਹਨਾਂ ਪਿੱਛੇ ਜਿਹੜੀ ਕਾਰਨ ਹੈਗੇ ਉਹ ਲੱਭੂਗੀ ਤੇ ਇਹਨਾਂ ਤੇ ਜਰੂਰ ਕੰਮ ਕਰੂਗੀ ਜੀ ਇਤਿਆਸ ਕਰਦੇ ਆ ਵੀ ਜਿਹੜੀ ਭਵਿੱਖ ਦੇ ਵਿੱਚ ਸਾਨੂੰ ਇਹੋ ਜੀ ਰਿਪੋਰਟ ਹੈ ਉਹ ਦੁਬਾਰੀ ਵਾਰ ਸਾਂਝੀ ਨਾ ਕਰਨੀ ਪਵੇ ਵਕਤ ਹੋ ਗਿਆ ਜੀ ਜੀਤ ਲੈਣ ਦਾ ਤੁਸੀਂ ਸਾਡੇ ਨਾਲ ਆਪਣੀ ਸਾਂਝ ਬਣਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਤੁਸੀਂ ਦੇਖ ਰਹੇ ਸੀ ਵਿਰਾਸਤ ਟੀਵੀ ਤੇ ਸਾਡਾ ਖਾਸ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਜੇਕਰ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਤਾਂ ਵਿਰਾਸਤ ਮੀਡੀਆ ਕੈਨੇਡਾ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਹੋਰ ਬਹੁਤ ਸਾਰੀਆਂ ਅਪਡੇਟਸ ਲਈ Facebook ਪੇਜ ਫੋਲੋ ਕਰ ਸਕਦੇ ਹੋ ਤਦ ਤੱਕ ਲਈ ਦੇਖਦੇ ਰਹੋ ਵਿਰਾਸਤ ਟੀਵੀ ਸਾਡੀ ਵਿਰਾਸਤ ਸਾਡੀ ਪਛਾਣ